ਕਾਰ ਅਤੇ ਬਾਈਕ ਦੇ ਵਿਚਾਲੇ ਟੱਕਰ ਹੋਈ ਹੈ। ਮੌਕੇ ਤੇ ਹੀ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਪਿੱਛੋਂ ਆ ਰਹੀ ਤੇਜ਼ ਰਫਤਾਰ ਸਵਿਫਟ ਗੱਡੀ ਇਸ ਕਦਰ ਬਾਈਕ ਦੇ ਵਿੱਚ ਜਾ ਵੱਜੀ ਕਿ ਹਾਦਸਾ ਇੰਨਾ ਭਿਆਨਕ ਹੋ ਗਿਆ ਅਤੇ ਮੌਕੇ ਤੇ ਹੀ ਦੋ ਸਕੇ ਭਰਾ ਜੋ ਬਾਈਕ ਤੇ ਸਵਾਰ ਸੀ ਉਹਨਾਂ ਨੇ ਦਮ ਤੋੜ ਦਿੱਤਾ। ਖਬਰ ਮੁਕੇਰੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕੰਮ ਤੋਂ ਬਾਅਦ ਘਰ ਪਰਤਰੇ ਦੋ ਸਕੇ ਭਰਾਵਾਂ ਦੀ ਰਾਹ ਦੇ ਵਿਚਾਲੇ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ। ਹਾਲਾਂਕਿ ਉਹ ਜਲੰਧਰ ਪਠਾਨਕੋਟ ਦੇ ਮੁੱਖ ਮਾਰਗ 'ਤੇ ਜਦ ਸੀਗੇ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਗੱਡੀ ਉਹਨਾਂ ਦੇ ਵਿੱਚ ਆ ਵੱਜਦੀ ਹੈ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਪਹਿਲਾਂ ਜ਼ਖਮੀ ਹੁੰਦੇ ਨੇ ਅਤੇ ਜਦ ਮੌਕੇ 'ਤੇ ਹੀ ਹਫੜਾ ਦਫੜੀ ਮੱਚ ਗਈ ਤਾਂ ਆਲੇ ਦੁਆਲੇ ਦੇ ਲੋਕ ਜਦ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਵੀ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਔਰ ਦੋਵੇਂ ਭਰਾਵਾਂ ਦੇ ਦੋ ਛੋਟੇ ਛੋਟੇ ਬੱਚੇ ਨੇ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਜਿਵੇਂ ਪਰਿਵਾਰ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਸੜਕੀ ਹਾਦਸੇ ਦੇ ਵਿਚਾਲੇ ਮੌਤ ਹੋਈ ਹੈ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਡਿੱਗ ਗਿਆ। ਹਾਲਾਂਕਿ ਦੋਵੇਂ ਭਰਾ ਬਿਲਡਿੰਗ ਦਾ ਕੰਮ ਕਰਦੇ ਸੀ ਅਤੇ ਕੰਮ ਤੋਂ ਵਿਹਲੇ ਹੋਣ ਤੋਂ ਬਾਅਦ ਦੁਕਾਨ ਬੰਦ ਕਰਨ ਤੋਂ ਬਾਅਦ ਜਦ ਉਹ ਘਰ ਨੂੰ ਪਰਤਰੇ ਸੀ ਤਾਂ ਰਾਹ ਦੇ ਵਿਚਾਲੇ ਇੱਕ ਤੇਜ਼ ਰਫਤਾਰ ਦੇ ਵਿੱਚ ਗੱਡੀ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਆ ਵੱਜਦੀ ਹੈ ਅਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇੱਥੋਂ ਤੱਕ ਕਿ ਜੋ ਗੱਡੀ ਦਾ ਅਗਲਾ ਹਿੱਸਾ ਉਸਦਾ ਵੀ ਕਾਫੀ ਨੁਕਸਾਨ ਹੋਇਆ, ਪਰ ਟੱਕਰ ਇੰਨੀ ਕੁ ਭਿਆਨਕ ਸੀਗੀ, ਇੰਨੀ ਕੁ ਜ਼ੋਰਦਾਰ ਸੀ ਕਿ ਮੌਕੇ 'ਤੇ ਹੀ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਪੁਲਿਸ ਦੇ ਵੱਲੋਂ ਗੱਡੀ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੜਕੀ ਹਾਦਸੇ ਦੇ ਵਿਚਾਲੇ ਮੁਕੇਰੀਆਂ ਦੇ ਹੀ ਪਰਿਵਾਰ ਦੇ ਦੋ ਜੀਆਂ ਦੀ ਜਾਨ ਚਲੀ ਗਈ ਹੈ। ਕੀ ਨਾਮ ਬਈ? ਸਰਪਣ ਸਿੰਘ ਜੀ। ਹਾਂਜੀ ਬਾਈ, ਕੀ ਗੱਲ ਹੋਈ ਅਸੀਂ ਬਧੂਪੁਰ ਦੇ ਬਿਜਨੀਕ ਸੀਗੇ ਦੋਨੇ ਭਰਾ, ਇਹ ਭੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ। ਉੱਥੋਂ ਜਦੋਂ ਸ਼ਾਮਾਂ ਨੂੰ ਛੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ, ਜਦੋਂ ਮਸਾਹਪੁਰ ਤੋਂ ਆਪਣੇ ਟਰਨ ਲਈ ਇਹਨਾਂ ਨੇ ਮੋੜ ਤੋਂ, ਅਤੇ ਆਪਣੇ ਮਕੀਰੀਆਂ ਸਾਈਡ ਤੋਂ ਸਵਿਫਟ ਡਿਜ਼ਾਇਰ ਗੱਡੀ ਆ ਰਹੀ ਸੀ ਬਹੁਤ ਸਪੀਡ 'ਤੇ, ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ, ਜਿਹੜੇ ਮੌਕੇ 'ਤੇ ਹੀ ਇਹਨਾਂ ਭਰਾਵਾਂ ਦੋਨਾਂ ਦੀ ਉੱਥੇ ਮੌਤ ਹੋ ਗਈ, ਜਿਹੜੀ ਇੰਨੀ ਮੰਦਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਅਤੇ ਬਹੁਤ ਹੀ ਦੁੱਖ ਹੋਇਆ। ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ 'ਚ ਇਹ ਹੀ ਕਮਾਉਣ ਵਾਲੇ ਸੀਗੇ, ਇਹਨਾਂ ਦੇ ਛੋਟੇ ਛੋਟੇ ਬੱਚੇ ਆ, ਬਹੁਤ ਹੀ ਮਤਲਬ ਕਿ ਪਰਿਵਾਰ ਇਹੋ ਜਿਹੇ ਸਦਮੇ 'ਚ ਆਉਂਦੇ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਵਾਰਦਾਤ ਹੋਈ ਆ ਦੋਨਾਂ ਦਾ, ਦੋਨੇ ਸਕੇ ਭਰਾ ਆ ਜੀ, ਇਹ ਬਹੁਤ ਹੀ ਮਾੜੇ ਹਾਲਤਾਂ 'ਚ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ। ਇਸਲੇ ਚਲੋ ਮਾੜਾ ਮੋਟਾ ਆਪਣੀ ਰਿਜਕ ਦਾ ਕੰਮ ਕਰਦੇ ਸੀਗੇ, ਕਿਸੇ ਨਾਲ ਕੋਈ ਇਹਨਾਂ ਦਾ ਕੋਈ ਕਿਸੇ ਨਾਲ ਵੈਰ ਨਹੀਂ ਸੀਗਾ, ਇੰਨੇ ਚੰਗੇ ਸੀਗੇ ਜੀ। ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਨਾਲ ਇਸਲੇ ਦੁਨੀਆ ਸਹਿਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਹਨਾਂ ਨੇ ਇਹਨਾਂ ਨੂੰ ਹਿੱਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਹੈ, ਸਾਡੀ ਇਹ ਮੰਗ ਆ ਜੀ। ਸਾਨੂੰ ਕੱਲ੍ਹ ਕਰੀਬ 8 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹਪੁਰ ਮੋੜ ਲਾਗੇ ਐਕਸੀਡੈਂਟ ਹੋਇਆ ਹੈ, ਜਿਸ ਵਿੱਚ ਦੋ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਦੋਨੇ ਸਕੇ ਭਰਾ ਸੀ, ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗੁਰਮੀਤ ਲਾਲ, ਛੋਟੇ ਦਾ ਨਾਮ ਰਵੀ ਦਾਸ, ਵਾਸੀ ਪਿੰਡ ਬੱਧੂ ਬਰਕਤ ਹੈ। ਇਹਨਾਂ ਦੀ ਡੈੱਡ ਬੋਡੀਆਂ ਸਿਵਲ ਹਸਪਤਾਲ ਮੁਕੇਰੀਆਂ ਰਖਾਈਆਂ ਗਈਆਂ। ਹੁਣ ਗੁਰਮੀਤ ਲਾਲ ਦੇ ਬਿਆਨ, ਗੁਰਮੀਤ ਲਾਲ ਦੇ ਲੜਕੇ ਦੇ ਬਿਆਨ 'ਤੇ ਜਿਹੜਾ ਮੁਕਦਮਾ ਨੰਬਰ 150 ਮਿਤੀ 25/9/24 ਅੰਡਰ ਸੈਕਸ਼ਨ 281 106 324-5 BNS ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਜਿਹੜਾ ਵੈ ਟ੍ਰੇਸ ਹੋ ਚੁੱਕਾ ਵੈ, ਦੋਸ਼ੀ ਨੂੰ ਵੀ ਸ਼ਾਮ ਤੱਕ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ। ਕੀ ਕਾਰਵਾਈ ਕੀਤੀ ਗਈ ਇਸਦੇ ਖਿਲਾਫ? ਉਸ 'ਤੇ ਮੁਕਦਮਾ ਦਰਜ ਕਰਤਾ ਜੀ, ਐਕਸੀਡੈਂਟ ਦਾ ਮੁਕਦਮਾ ਦਰਜ ਕਰਤਾ। ਜਿਹੜੇ ਸੈਕਸ਼ਨਾਂ ਤੁਹਾਨੂੰ ਨਵੇਂ ਕਾਨੂੰਨ ਦਾ ਦੱਸੀਆਂ ਇਹਨਾਂ 'ਤੇ ਦਰਜ ਕੀਤਾ।
ਬੱਚੇ ਇਹਨਾਂ ਦੀ ਮੌਤ ਹੋਈ ਆ, ਉਹ ਵਿਆਹੇ ਹੋਏ ਸੀ ਜਾਂ ਕਿਸ ਤਰ੍ਹਾਂ? ਹਾਂਜੀ, ਉਹ ਸ਼ਾਦੀਸ਼ੁਦਾ ਹੈ, ਉਹਨਾਂ ਦੀ ਉਮਰ ਇੱਕ ਦੀ 50 ਸਾਲ, ਇੱਕ ਦੀ 53 ਸਾਲ ਹੈ, ਬੱਚੇ ਉਹਨਾਂ ਦੇ, ਅਤੇ ਇੱਥੇ ਭੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ।